ਪੱਥਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪਹੁੰਚਦੇ ਨੇ ਗੱਜ ਗੱਜ ਚੌੜੀ ਛਾਤੀਆਂ ਵਾਲੇ ਜਿਹਦੇ ਵਿੱਚ ਚਮਦਾ ਨਹੀਂ ਬੁਕਦੇ ਨੇ ਇੱਕ ਪਾਸੇ ਨਿੰਮਾ ਹੋਰ ਸੀਗੇ ਪੱਪਾ ਤੇ ਨੌਜਵਾਨਾਂ ਸਮਾਂ ਬੀਤ ਗਿਆ ਕਿ ਬਿਨਾਂ ਖੰਭਾਂ ਤੋਂ ਕੱਟ ਕਬੂਤਰ ਬਹੁਤਾ ਚਿਰ ਉੜਦੇ ਨਾ ਉਮਰ ਵਕਤ ਦੇ ਪਾਣੀ ਕਦੇ ਵਿਛਾਂ ਨੂੰ ਮੁੜਦੇ ਨਾ ਹੈਲੋ ਸਰਦਾਰ ਗੁਰਮੀਤ ਸਿੰਘ ਜੀ ਗੱਲ ਮੰਡਵਾਲਾ ਉਹਨਾਂ ਦੇ ਵੱਲੋਂ ਜੰਡਵਾਲ ਦੀ ਸਮੁੱਚੀ ਟੀਮ ਦੇ ਲਈ 500 ਰੁਪਏ ਦਾ ਮਾਨ ਸਨਮਾਨ ਜੀ ਜੰਡਵਾਲਾ ਜੇਤੂ ਬਾਈ ਗੁਰਮੀਤ ਗੱਲ ਮੰਡਵਾਲਾ ਜੀ ਖੇਡ ਪ੍ਰਮੋਟਰ ਉਹਨਾਂ ਦੇ ਵੱਲੋਂ ਜੰਡਵਾਲ ਦੀ ਟੀਮ ਦੇ ਲਈ 500 ਰੁਪਏ ਦਾ ਮੈਚ ਸੀ ਜੰਡਵਾਲਾ ਵਰਸਸ ਮਾਲਸਰ ਗਰੇਵਾਲ ਸਾਹਿਬ ਜੀ ਜੰਡਵਾਲ ਦੀ ਟੀਮ ਦੇ ਪੁਆਇੰਟ ਨੇ 12.5 ਤੇ ਸਮਾਲਸਰ ਦੇ ਨੰਬਰ ਨੇ 9 12.5 ਦੇ ਮੁਕਾਬਲੇ ਨਾਲ ਇਸ ਮੈਚ ਵਿੱਚੋਂ ਜੰਡਵਾਲੀ ਦੀ ਟੀਮ ਜੇਤੂ ਰਹੀ ਹੈ ਜੀ ਜੇ ਦਰਸ਼ਕ ਵੀਰੋ ਅੱਜ ਦੇ ਮੈਚਾਂ ਦਾ ਸਵਾਲ ਉਡਾ ਰਹੇ ਤਾਂ ਤਾੜੀ ਮਾਰ ਦਿਓ ਭਾਈ ਦਰਸ਼ਕ ਵੀਰਾਂ ਨੂੰ ਬੇਨਤੀ ਆ ਗਰਾਊਂਡ ਚੋਂ ਬਾਹਰ ਆਣ ਦਰਸ਼ਕ ਵੀਰ ਹੈਲੋ ਉਹ ਵਾਰੰਟੀ ਆ ਰਹੇ ਬਈ ਇੰਨੇ ਨਾ ਰਹੋ ਪੰਜ ਚਾਰ ਰਹੋ ਜਿਹਨਾਂ ਦੀ ਡਿਊਟੀ ਆ ਤਾਂ ਸਾਰਾ ਪਿੰਡ ਹੀ ਬੜਿਆ ਫਿਰਦਾ ਵਿੱਚ ਵਾਲੰਟੀਅਰਾਂ ਨੂੰ ਬੇਨਤੀ ਆ ਕਿ ਬਾਹਰ ਆ ਜਾਓ ਮੇਰੇ ਵੀਰ ਬਾਈ ਜੰਡ ਵਾਲੇ ਦੀ ਟੀਮ ਨੂੰ ਬਾਈ 100 ਰੁਪਿਆ ਨਾਮ ਜੋਧਾ ਸਪੀਕਰ ਵਾਲਾ ਵੱਲੋਂ ਜੰਡ ਵਾਲੇ ਦੀ ਟੀਮ ਨੂੰ ਬਾਈ ਬਾਈ ਬੱਬੂ ਮੋਦਕੀ ਵਾਲਾ ਬਾਈ ਜੁੱਗੂ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਟਰਾਲੀ ਵਾਲੀ ਸਟੇਜ ਤੋਂ ਆ ਗਿਆ ਉਹਦਾ ਨਾਮ ਲੈਣ ਜੰਡ ਵਾਲੇ ਦੇ ਖਿਡਾਰੀ ਹੈਲੋ 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 ਬਾਈ ਨਿੱਕਾ ਡੱਗਰਮਾਣਾ ਬੱਬੂ ਮੋਦਕੀ ਨੂੰ ਮੇਰਾ ਵੀਰ ਮਿਲੇ ਧੰਨਵਾਦ ਜੀ ਅਗਲੀ ਗੱਲ ਮੈਚ ਤੇ ਸਾਡਾ ਛੋਟਾ ਵੀਰ ਧਰਮ ਕਲੀਅਰ ਹੈਲੋ 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 ਉਹ ਬਾਈ ਦਰਸ਼ਕ ਵੀਰਾਂ ਨੂੰ ਬੇਨਤੀ ਆ ਇੰਨੇ ਜਣੇ ਗਰਾਊਂਡ ਤੇ ਨਾ ਜਾਓ ਬਾਈ ਇੰਨੇ ਜਣੇ ਬਾਹਰ ਆ ਜਾਓ ਮੇਰੇ ਵੀਰ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਬਾਹਰ ਆ ਜਾਓ ਗਰਾਊਂਡ ਤੋਂ ਹੈਲੋ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਹੈਲੋ ਬਾਬਾ ਜੀ ਲੰਗਿਆਂ ਵਾਲੇ ਪਾਣੀ ਦੀ ਸੇਵਾ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਲੋ 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 ਹਾਂਜੀ ਬਾਬਾ ਫਰੀਦਕਾ ਕਬੱਡੀ ਫਰੀਦਕੋਟ ਤੇ ਤੂਤ ਆਓ ਜੀ ਸੈਂਟਰ ਲਾਈਨ ਤੇ ਮਾਰੋ ਜੀ ਰੈਫਰੀ ਸਾਹਿਬ ਜੀ ਸੁਰਤਾਲ ਦੇ ਵਿੱਚ ਵਿਸਲਾ ਹੈਲੋ ਉਹ ਬਾਈ ਤਿੰਨ ਚਾਰ ਬੰਦੇ ਰਹੋ ਹਾਂਡਾ ਜੀ ਇੰਨੇ ਬੰਦੇ ਨਾ ਰਹੋ ਹਨੇਰਾ ਹੋਇਆ ਮੈਚ ਵੇਖਣਾ ਖੜਾ ਲੋਕਾਂ ਨੇ ਕਿੱਥੇ ਜਾਣਾ ਕਿੰਨੇ ਕਿੰਨੇ ਵਾਟੋ ਆਏ ਆ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਦਾ ਮੈਚ ਖੇਡਿਆ ਜਾਣਾ ਹੈ ਪਿੰਡ ਤੂਤੂ ਦੇ ਨਾਲ ਇੱਕ ਪਾਸੇ ਤੂਤਾਂ ਦੀ ਟੀਮ ਔਰ ਦੂਸਰੇ ਪਾਸੇ ਬਾਬਾ ਫਰੀਦ ਕਬੱਡੀ ਕਲੱਬ ਦੇ ਖਿਡਾਰੀ ਆਪਾਂ ਦੇਖਾਂਗੇ ਵੀ ਖੇਡਦੇ ਮੈਦਾਨ ਦੇ ਵਿੱਚ ਸਾਡੇ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਹਾਂਜੀ ਬਾਹਰ ਆ ਜਾਓ ਗਰਾਊਂਡ ਤੋਂ ਮੇਰੇ ਵੀਰ ਹਾਂਜੀ ਗਰੇਵਾਲ ਸਾਹਿਬ ਜੀ ਦੋਨੋਂ ਟੀਮਾਂ ਦੀ ਸੌਂਹ ਪਵਾਈ ਜਾਣੀ ਹੈ ਜੀ ਠੀਕ ਹੈ ਜੀ ਠੀਕ ਹੈ ਪ੍ਰਧਾਨ ਜੀ ਇਹ ਦੋਵੇਂ ਟੀਮਾਂ ਸੌਂਹ ਨਹੀਂ ਖਾਂਦੀਆਂ ਜਿਹੜਾ ਸੌਂਹ ਪਾਉ ਨਹੀਂ ਸਕ੍ਰੈਚ ਕੀਤੀਆਂ ਜਾਣਗੀਆਂ ਦੋਨੇ ਟੀਮਾਂ ਹਾਂ ਠੀਕ ਹੈ ਜੀ ਜੋ ਕਮੇਟੀ ਦਾ ਫੈਸਲਾ ਠੀਕ ਹੈ ਦੋਵੇਂ ਟੀਮਾਂ ਸੌਂਹ ਚੁੱਕੋ ਜੀ ਸੌਂਹ ਚੁੱਕੋ ਬਈ ਅੱਗੇ ਵੀ ਅਸੀਂ 62 ਕਿਲੋ ਦਾ ਵੀ ਕਰਵਾਇਆ ਫਾਈਨਲ ਮੈਚ ਉਹ ਵੀ ਸੌਂਹ ਚੁਕਾਈ ਸੀ ਸੈਮੀ ਫਾਈਨਲ ਦੀ ਵੀ ਚੁਕਾਈ ਸੀ ਦੋਨੇ ਟੀਮਾਂ ਦੀ ਸੌਂਹ ਪਵਾਈ ਜਾਣੀ ਆ ਟੀਮਾਂ ਦੀ ਅਸੀਂ ਦਰਸ਼ਕਾਂ ਨੂੰ ਮੈਚ ਦਿਖਾਉਣੇ ਆ ਨਾ ਕਿ ਮੈਚ ਫਿਕਸ ਹੋਣੀ ਆ ਕਿੰਨੇ ਉਤਸ਼ਾਹ ਨਾਲ ਤੁਹਾਨੂੰ ਵੇਖ ਰਹੇ ਆ ਮੈਚ ਫਿਕਸ ਹੀ ਨਹੀਂ ਦਿਖਾਉਣੀ ਆ ਦਰਸ਼ਕਾਂ ਨੂੰ ਸੌਂਹ ਪਾਓ ਸਾਰੇ ਹਾਂ ਸਾਰੇ ਸੌਂਹ ਪਾਓ ਵੀਰ ਅਸੀਂ ਮੈਚ ਦਿਖਾਉਣੇ ਦਰਸ਼ਕਾਂ ਨੂੰ ਜਿਨ੍ਹਾਂ ਤੋਂ ਪੈਸੇ ਲਏ ਅਸੀਂ ਮੈਚ ਵਿਖਾਉਣ ਵਾਸਤੇ ਵੇਖਣ ਵਾਸਤੇ ਪੈਸੇ ਦਿੱਤੇ ਦਰਸ਼ਕਾਂ ਨੇ ਥੋੜੇ ਸਾਂਝਾ ਕਰ ਲੋਕ ਦੇਖ ਲੋ ਕਿੱਦਾਂ ਟਿਕੇ ਬੈਠੇ ਆ ਉੱਤੋਂ ਕਿੰਨਾ ਹਨੇਰਾ ਹੋ ਗਿਆ ਦਰਸ਼ਕ ਤੁਹਾਨੂੰ ਦੇਖਣਾ ਚਾਹੁੰਦੇ ਆ ਤਾਂ ਖਿਡਾਰੀ ਵੀਰ ਮੇਰੇ ਵੀਰ ਖਰਾਬ ਨਾ ਕਰੋ ਤੂਤ ਦਾ ਮੁਕਾਬਲਾ ਖੇਡਿਆ ਜਾਣਾ ਇੱਕ ਪਾਸੇ ਟੀਮ ਆਪਾਂ ਦੇਖਾਂਗੇ ਵੀ ਪਿੰਡ ਜ਼ਿਲ੍ਹਾ ਫਰੀਦਕੋਟ ਬਾਬਾ ਫਰੀਦ ਅਕੈਡਮੀ ਪਾਸੇ ਖਿਡਾਰੀ ਚਲਾਓ ਜੀ ਚਲਾਓ ਮੈਚ ਚਲਾਓ ਹਨੇਰਾ ਹੋ ਜਾਣਾ ਬਹੁਤ ਫੜ ਕੇ ਜਲਦੀ ਮੁਕਾਬਲਾ ਸ਼ੁਰੂ ਕਰਾ ਰਹੇ ਦੀ ਤੂਤ ਵਰਸੇ ਜੇ ਬਾਬਾ ਫਰੀਦ ਅਕੈਡਮੀ ਦਾ ਮੁਕਾਬਲਾ ਖੇਡਿਆ ਜਾਣਾ ਹੈ ਇੱਕ ਪਾਸੇ ਤੂਤਾਂ ਦੀ ਟੀਮ ਆਪਾਂ ਦੇਖ ਰਹੇ ਵੀ ਇਧਰਲੇ ਪਾਸੇ ਵਾਟਰ ਵਕਤ ਵਾਲੀ ਸਾਈਡ ਹੈ ਆ ਸਕੂਲ ਦੀ ਬਿਲਡਿੰਗ ਵਾਲੀ ਸੈਰ ਜਿਹੜੀ ਟੀਮ ਹੈ ਦਰਸ਼ਕ ਜੀ ਨੂੰ ਇਹ ਟੀਮ ਕਹਿੰਦੇ ਵੀ ਬਾਬਾ ਫਰੀਦ ਕਬੱਡੀ ਕਲੱਬ ਦੀ ਟੀਮ ਆਪਾਂ ਦੇਖ ਰਹੇ ਹਾਂ ਫਰੀਦਕੋਟ ਦੇ ਖਿਡਾਰੀ ਨੇ ਕਿ ਫਰੀਦਾ ਖਾਖ ਨਾ ਨਿੰਦੀਏ ਖਾਖੋ ਜੇਠ ਨਾ ਕੋਈ ਜੀਵਦਿਆਂ ਪੈਰਾਂ ਤਲੇ ਤੇ ਮੋਹਿਆਂ ਉੱਪਰ ਹੋਏ ਫਰੀਦਾ ਖਾਖ ਨਾ ਨਿੰਦੀਏ ਖਾਖੋ ਜੇਠ ਨਾ ਕੋਈ ਇਹ ਪਿੰਡ ਕਹਿੰਦੇ ਵੀ ਚੰਦ ਬਾਜਾ ਜ਼ਿਲ੍ਹੇ ਫਰੀਦਕੋਟ ਦਾ ਮਸ਼ਹੂਰ ਨਗਰ ਹੈ ਲਓ ਸਾਹਮਣੇ ਕਹਿੰਦੇ ਵੀ ਟੇਕ ਧਰਤੀ ਮਾਂ ਨੂੰ ਮੱਥਾ ਕੀਤੀ ਹੋਈ ਨਮਸਕਾਰ ਮੁੰਡੇ ਨੇ ਇਧਰਲੇ ਪਾਸੇ ਕਹਿੰਦੇ ਵੀ ਨੌਜਵਾਨ ਗੋਰਾ ਪੰਜ ਗਰਾਈਆਂ ਦੀ ਧਰਤੀ ਦਾ ਖੇਡ ਦੇ ਮੈਦਾਨ ਚ ਪਾਉਂਦਾ ਗਿਆ ਕਬੱਡੀ ਕਹਿੰਦੇ ਵੀ ਅਕੈਡਮੀਆਂ ਦੇ ਮੈਚ ਕਹਿੰਦੇ ਵੀ ਨੌਜਵਾਨ ਨਿਊ ਦੀਪ ਅਕੈਡਮੀ ਗਿੱਦੜਵਾਹਾ ਦੇ ਲਈ ਖੇਡਦਾ ਹੈ ਡਿੰਪੀ ਢਿੱਲੋ ਦੇ ਲਈ ਖੇਡਦਾ ਮੇਰੇ ਵੀਰੋ ਇਧਰਲੇ ਪਾਸੇ ਦੇਖ ਰਿਹਾ ਵੀ ਅੰਕ ਜਿਹੜਾ ਧਾਵੀ ਦੇ ਕਿੱਸੇ ਜਾਂਦਾ ਗਿਆ ਗੋਰਾ ਪੰਜ ਗਰਾਈਆਂ ਵਾਲਾ ਅੰਕ ਆਪਣੀ ਟੀਮ ਦੇ ਕਿੱਸੇ ਜੋੜਦਾ
ਅੱਜ ਤੂਤਾਂ ਨਾਲ ਪੁੱਤਵਣ ਖੇਡਦਾ ਹੋਇਆ ਲਓ ਸਾਹਮਣੇ ਫਿਰ ਅਗਲੀ ਕਬੱਡੀ ਕਿ ਹਰ ਇੱਕ ਮੁੰਡੇ ਦੇ ਜਵਾਨੀ ਪੂਰੀ ਹੈ ਕੱਲੇ ਕੱਲੇ ਗੱਭਰੂ ਨੇ ਚੁੰਗੀ ਪੂਰੀ ਹੈ ਸਰੋਂ ਜਿਹੇ ਕਾਦਿਆਂ ਨੇ ਫਲਾਵ ਦੇ ਖੇਡਦੇ ਕਬੱਡੀ ਗੱਭਰੂ ਪੰਜਾਬ ਦੇ ਖੇਡਣ ਕਬੱਡੀ ਅਰੋ ਗੱਭਰੂ ਪੰਜਾਬ ਦੇ ਇੱਕ ਪਾਸੇ ਜਾਫੀ ਦੀ ਟਰਾਈ ਉਧਰਲੇ ਪਾਸੇ ਤੂਤਾਂ ਵਾਲਾ ਨਿੱਕਾ ਨਹੀਂ ਜੱਫਾ ਲਾ ਸਕਿਆ ਅੰਕ ਜਿਹੜਾ ਧਾਵੀ ਦੇ ਹਿੱਸੇ ਲਓ ਸਾਹਮਣੇ ਕਾਲਾ ਵੈਰੋਕਿਆਂ ਦੀ ਧਰਤੀ ਦਾ ਵੈਰੋਕਿਆਂ ਦਾ ਕਾਲਾ ਮੇਰੇ ਵੀਰੋ ਖੇਡਦੇ ਮੈਦਾਨ ਵਿੱਚ ਕਬੱਡੀ ਪਾਵੇਗਾ ਸਿੱਖੀ ਸਰੂਪ ਦੇ ਵਿੱਚ ਵੈਰੋਕਿਆਂ ਦੇ ਕਾਲੇ ਦੀ ਕਬੱਡੀ ਇਸ ਸਮੇਂ ਖੇਡਦੇ ਮੈਦਾਨ ਦੇ ਵਿੱਚ ਹੈ ਉਧਰ ਬਾਬਾ ਫਰੀਦ ਕਲੱਬ ਫਰੀਦਕੋਟ ਦੀ ਟੀਮ ਦੇ ਚਾਰ ਜਾਫੀ ਮੇਰੇ ਵੀਰਿਓ ਵੈਰੋ ਕਹਿੰਦੇ ਕਾਲੇ ਨੂੰ ਕਿਸ ਜਾਫੀ ਨੇ ਜੱਫਾ ਲਾਉਣਾ ਗੱਲ ਕਿਹੜੇ ਜਾਫੀ ਨੇ ਕਰ ਦੇਣੀ ਹੈ ਇਧਰਲੇ ਪਾਸੇ ਸਿੰਘ ਜੀ ਕਿੰਗ ਕਹਿੰਦੇ ਨੇ ਵੀ ਘੋੜਿਆਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਕਹਿੰਦੇ ਨੇ ਵੀ ਧਾਨੇ ਦਾ ਪੇਂਡੂ ਖਿਡਾਰੀ ਵੈਰੋ ਕਹਿੰਦਾ ਕਾਲਾ ਅੰਕ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਪਰਤਦਾ ਹੋਇਆ ਹੈ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਕਿ ਤੁਰ ਫਿਰ ਕੇ ਗੇੜਾ ਦਿਓ ਤੁਰ ਫਿਰ ਕੇ ਹਾਂ ਬਹੁਤ ਧੰਨਵਾਦ ਹੈਲੋ ਹਾਂਡਾ ਜੀ ਤੁਹਾਡੀ ਡਿਊਟੀ ਆ ਵਿੱਕੀ ਕੋਲੇ ਆ ਗਰਾਊਂਡ 'ਚ ਰਹਿਣਾ ਤੁਸੀਂ ਸਾਡਾ ਵੀਰ ਨਿੱਕਾ ਕਬੱਡੀ ਖਿਡਾਰੀ ਆਖਦਾ ਵੀ ਆਉਣ ਵਾਲੇ ਕਬੱਡੀ ਖੇਡ ਮੇਲੇ ਤੇ ਕਬੱਡੀ ਕੱਪ ਤੇ ਕਹਿੰਦੇ ਵੀ 3100 ਰੁਪਇਆ ਵੱਡਾ ਸਹਿਯੋਗ ਹੋਵੇਗਾ ਲੈ ਵੀ ਇਧਰਲੇ ਪਾਸੇ ਧਰਮਿਆਂ ਲਾ ਜੱਫਾ ਮੁੰਡੇ ਨੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਿਆ ਕਹਿੰਦੇ ਵੀ ਕਾਲਾ ਸਟਾਰ ਲਾ ਜੱਫਾ ਇਧਰਲੇ ਪਾਸੇ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਤੂਤਾਂ ਦੀ ਟੀਮ ਦੇ ਹਿੱਸੇ ਕਹਿੰਦੇ ਵੀ ਅਗਲੀਆਂ ਟੀਮਾਂ ਨੂੰ ਦਿੱਤੀਆਂ ਜਲਦੀ ਆਉਣ ਟੁੱਡੀ ਵਰਸੋਂ ਲੰਡੇ ਟੀਮਾਂ ਜਲਦੀ ਆ ਜਾਣ ਹੈਲੋ ਪਾਈ ਹੋਈ ਕਬੱਡੀ ਹੈਲੋ ਗਰਿਆਲ ਸਾਹਿਬ ਜਿਹੜਾ ਨਾਮ ਲਾਂਚ ਕਰਾਈ ਜਾਂਦੇ ਅਗਲੇ ਟੂਰਨਾਮੈਂਟ ਤੋਂ ਉਹਨਾਂ ਦੀ ਲਿਸਟ ਬਣਾ ਲਓ ਹਾਂਜੀ ਹਾਂਜੀ ਬਣਾਈ ਜਾਂਦੇ ਨਾਲ ਦੀ ਨਾਲ ਇਹ ਨਾ ਕਹੋ ਮੁੱਕਰ ਜਾਣ ਕੋਈ ਨਹੀਂ ਨਹੀਂ ਬਣਾਈ ਜਾਂਦੇ ਨਾਲ ਦੀ ਨਾਲ ਦਰਸ਼ਨ ਨੋਟ ਕਰ ਰਿਹਾ ਲਓ ਜੀ ਪੁਆਇੰਟ ਦੱਸੀ ਵੀ ਨੌਜਵਾਨਾਂ ਭਾਉ ਸਿਆਂ ਜਾਫੀਆਂ ਦੇ ਕਿੱਸੇ ਹੈ ਇੰਟਰਨੈਸ਼ਨਲ ਕਬੱਡੀ ਖਿਡਾਰੀ ਕੇਵਲ ਭਾਉ ਜੈਤੋ ਦੀ ਧਰਤੀ ਦਾ ਫੈਸਲੇ ਕਰ ਗਿਆ ਕਹਿੰਦੇ ਵੀ ਲਗਾਤਾਰ 9 ਸਾਲ ਇੰਗਲੈਂਡ ਦੀ ਧਰਤੀ ਤੇ ਖੇਡਣ ਦਾ ਵੱਡਾ ਮਾਣ ਹਾਸਲ ਹੈ ਇਧਰਲੇ ਪਾਸੇ ਜੈਤੋ ਵਾਲਾ ਭਾਉ ਫੈਸਲੇ ਕਰਦਾ ਗਿਆ ਲਓ ਇੱਕ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਨੌਜਵਾਨ ਦੀ ਅਗਲੇਰੀ ਕਬੱਡੀ ਤੇ ਕੀਤੀ ਹੋਈ ਟਰਾਈ ਬਾਜੇ ਮੱਲਣ ਵਾਲੇ ਦੀ ਪਰ ਪੁਆਇੰਟ ਜਿਹੜਾ ਜਾਫੀਆਂ ਦੇ ਕਿੱਸੇ ਮੱਲਣ ਦੇ ਨਾਂ ਤੇ ਮਸ਼ਹੂਰ ਮੇਰੇ ਵੀਰੋ ਕਹਿੰਦੇ ਵੀ ਹੁਣ ਪੱਕੇ ਤੌਰ ਤੇ ਕਹਿੰਦੇ ਵੀ ਪੰਜ ਗਰਾਈਆਂ ਦੇ ਲਈ ਖੇਡਦਾ ਮੇਰੇ ਵੀਰੋ ਕਹਿੰਦੇ ਪੱਕੇ ਤੌਰ ਤੇ ਪੰਜ ਗਰਾਈਆਂ ਦੇ ਲਈ ਕਬੱਡੀ ਦੇ ਮੁਕਾਬਲੇ ਖੇਡਦਾ ਗਿਆ ਪੰਜ ਗਰਾਈਆਂ ਦੀ ਧਰਤੀ ਦਾ ਬਾਜਾ ਨਹੀਂ ਜੱਫਾ ਲਾ ਸਕਿਆ ਅਗਲੀ ਕਬੱਡੀ ਧਾਨੇ ਵੈਰੋਕਿਆਂ ਵਾਲੇ ਦਾ ਪੇਂਡੂ ਕਹਿੰਦੇ ਵੀ ਨੌਜਵਾਨ ਕਾਲਾ ਵੈਰੋਕਿਆਂ ਦੀ ਧਰਤੀ ਦਾ ਪਾਉਂਦਾ ਹੋਇਆ ਕਬੱਡੀ ਹੈਲੋ ਸੀਰੇ ਕੋਟ ਸੁਖੀਆਂ ਨੂੰ ਬਾਈ ਕੋਈ ਖਾਣ ਆਇਆ ਗੱਡੀ ਕੋਲੇ ਪਹੁੰਚ ਜੇ ਲਓ ਦਰਸ਼ ਵੀਰੋ ਪੂਰਾ ਸਵਾਦ ਆ ਰਿਹਾ ਅੱਜ ਇਸ ਕਬੱਡੀ ਕੱਪ ਦਾ ਮੇਰੇ ਵੀਰੋ ਕਹਿੰਦੇ ਨੇ ਵੀ ਕਬੱਡੀ 365.com ਤੇ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਸਾਡੇ ਐਨਆਰਈ ਭਰਾ ਜਿਨ੍ਹਾਂ ਦਾ ਮੇਰੇ ਵੀਰੋ ਵੱਡਾ ਸਹਿਯੋਗ ਹੈ ਆਪਣੇ ਇਸ ਕਬੱਡੀ ਕੱਪ ਦੇ ਵਿੱਚ ਇਸ ਕਬੱਡੀ ਕੱਪ ਨੂੰ ਟੈਲੀਕਾਸਟ ਮੇਰੇ ਵੀਰੋ ਲਾਈਵ ਰਹੀ ਤੱਕ ਰਹੇ ਹੈ ਵੱਡਾ ਧੰਨਵਾਦ ਲਓ ਖੇਡ ਦੇ ਮੈਦਾਨ ਦੇ ਵਿੱਚ ਬਾਬਾ ਫਰੀਦ ਕਬੱਡੀ ਕਲੱਬ ਦੀ ਟੀਮ ਦੇ ਵੱਲੋਂ ਕਬੱਡੀ ਪੈਣ ਜਾ ਰਹੀ ਹੈ ਲਓ ਇਧਰਲੇ ਪਾਸੇ ਤਕੜਾ ਜੱਫਾ ਲਾਉਣ ਦੀ ਗੱਲ ਮੁੰਡੇ ਦਾ ਨਾਮ ਮੇਰੇ ਵੀਰੋ ਗਿੰਦੀ ਤੂਤ ਪਿੰਡ ਆ ਮੇਰੇ ਵੀਰੋ ਕਿ ਨਾਮ ਗੁਰਜੀਤ ਪਿੰਡ ਤੂਤ ਜੱਟਦਾ ਕੌਡੀ ਵਿੱਚ ਆਉਂਦਾ ਯਾਰ ਤੂੜਾ ਪੜਦਾ ਇਹ ਤੂਤਾਂ ਦਾ ਮੇਰੇ ਵੀਰੋ ਗਿੰਦੀ ਅੰਕ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਲਓ ਭੋਲਾ ਤੂਤਾਂ ਦੀ ਧਰਤੀ ਦਾ ਟੇਕ ਧਰਤੀ ਮਾਰਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਭੋਲਾ ਤੂਤ ਦੀ ਧਰਤੀ ਦੇ ਇਸ ਸਮੇਂ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਮੇਰੇ ਵੀਰੋ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਦੇ ਵਿੱਚੋਂ ਕਿਸਨੇ ਜੱਫਾ ਲਾਉਣਾ ਦੋ ਨੰਬਰ ਵਾਲਾ ਕਹਿੰਦਾ ਮੈਨੂੰ ਛੱਡੀ ਹੋਏ ਨੌਜਵਾਨਾਂ ਮੈਂ ਭੋਲਾ ਦੇ ਤੂਤੇ ਨੂੰ ਡੱਕ ਪਾਉਣਾ ਹੈ ਕਿ ਉਹ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਕਿ ਉਹ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਗਾਗੂ ਕਹਿ ਗਿਆ ਕਾਲੇ ਨੂੰ ਅੱਜ ਸੁੱਕਾ ਨਾ ਜਾਵੇ ਕੋਈ ਜਵਾਨਾ ਉਹ ਬਾਘਾ ਮੱਲ ਕਹਿੰਦਾ ਲਾਉਂਦਾ ਜੱਫੇ ਗਰਮੀ ਖਾ ਕੇ ਆ ਸਿੰਘ ਫਾਸੀ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੁੱਡੀ ਲਾ ਕੇ ਲਾਓ ਇਧਰਲੇ ਪਾਸੇ ਤਕੜਾ ਜੱਫਾ ਲਾਉਣ ਦੀ ਗੱਲ ਮਾਰ ਦੋ ਤਾੜੀ ਦਰਸ਼ਕ ਵੀਰੋ ਮਕਸਦ ਏਰੀਏ ਦਾ ਮੁੰਡੇ ਦਾ ਨਾਮ ਬਾਜਾ ਤੇ ਮੱਲਣ ਪੈਂਦਾ ਹੈ ਕਿਆ ਬਾਤਾਂ ਨੇ ਪੂਰੇ ਤਕੜੇ ਜੱਫੇ ਦੀ ਟਰਾਈ ਕਰਦਾ ਹੋਇਆ ਹੈ ਮੱਲਣ ਦੀ ਧਰਤੀ ਦਾ ਬਾਜਾ ਲਾਓ ਖੇਡ ਦੇ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਅੰਕ ਜੋੜਦਾ ਹੋਇਆ ਅਗਲੀਆਂ ਟੀਮਾਂ ਟੁੱਡੀ ਦੀ ਟੀਮ ਆ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਵਿਰੋਧੀ ਟੀਮ ਜਲਦੀ ਆਵੇ ਬੇਨਤੀ ਹੈ ਲੰਡਿਆਂ ਦੀ ਟੀਮ ਨੂੰ ਲੰਡੇ ਜਲਦੀ ਟੀਮ ਪਹੁੰਚ ਜਾਏ ਟੁੱਡੀ ਪਹੁੰਚ ਚੁੱਕੀ ਹੈ ਬਾਜਾ ਕਹਿੰਦੇ ਵੀ ਪੱਕੇ ਤੌਰ ਤੇ ਪੰਜ ਗਰਾਈਆਂ ਦੇ ਲਈ ਖੇਡਦਾ ਮੇਰੇ ਵੀਰੋ ਸਹੁਰੇ ਢੇਰੀ ਤੇ ਜਿਹੜਾ ਨੌਜਵਾਨ ਕਹਿੰਦੇ ਵੀ ਰਹਿਣ ਬਥੇਰੇ ਕਰਦਾ ਪੰਜ ਗਰਾਈਆਂ ਦੀ ਧਰਤੀ ਤੇ ਪੱਕੇ ਤੌਰ ਦੇ ਲਈ ਮੇਰੇ ਵੀਰੋ ਗੋਰੇ ਪੰਜ ਗਰਾਈਆਂ ਦੇ ਨਾਲ ਕਹਿੰਦੇ ਵੀ ਲਾਹ ਤਕੜੇ ਜਾਫੇ ਅੱਜ ਤੂਤਾਂ ਦੀ ਟੀਮ ਦੇ ਲਈ ਤਕੜਾ ਪ੍ਰਦਰਸ਼ਨ ਕਰਦਾ ਗਿਆ ਇੱਕ ਪਾਸੇ ਜਾਫੀ ਮੇਰੇ ਵੀਰੋ ਬਾਬਾ ਫਰੀਦ ਕਬੱਡੀ ਕਲੱਬ ਦਾ ਨਹੀਂ ਜੱਫਾ ਲਾ ਸਕਿਆ ਅੰਕ ਕਹਿੰਦੇ ਵੀ ਕਾਲੇ ਦੇ ਕਿੱਸੇ ਹੈ ਵੈਰੋਕੇ ਪਿੰਡ ਜ਼ਿਲ੍ਹੇ ਮੋਗੇ ਦਾ ਮਸ਼ਹੂਰ ਪਿੰਡ ਹੈ ਇਧਰਲੇ ਪਾਸੇ ਧਾਨੇ ਦਾ ਪੇਂਡੂ ਅੰਕ ਜੋੜਦਾ ਗਿਆ ਆਪਣੇ ਪਾਲੇ ਲਓ ਸਾਹਮਣੇ ਮਾਰੀ ਪੜਤੇ ਥਾਪੀ ਬਾਬਾ ਫਰੀਦ ਕਬੱਡੀ ਕਲੱਬ ਦਾ ਇਹ ਖਿਡਾਰੀ
खेड के मैदान कबड्डी कबड्डी करता गया। एक पासे निक्का तूतां दी धरती दा उरली कहनी ते जाफी कहिंदे भी गिंदी तूत है नाल कहिंदे भी बाजा पनगरियां दी धरती दा उधरले पासे निक्का तूतां वाला करदा कमाल अंक जिहड़ा अपनी टीम दे खिते जोड़दा गया। रात ही फक्की एक लत थले दूजी चक्की खुच पट्टी मुंडे ने लाया जफा लो भोला तूतां दी धरती दा अगली कबड्डी पाउंदा गया। हैलो जग्गा ड्राइवर भाई टीम कोले पहुंचे। हैलो नौदार शिविरो तूतां वाले भोले की कबड्डी इस समय खेड के मैदान है। तूतां का भोला कबड्डी अपनी टीम के लिए पाउंदा होया है। उधरले पासे फरीदकोट की टीम के चार जाफी दो नंबर तो ट्राई की है आ गभरू ने पर तूतां वाला भोला अंक लैके अपनी टीम के लिए वापसी आता होया है कि नहीं किसी कदे नूं ख्याल आया कि कबड्डी पल समुद्रों पार बन जू कर कर बोलणगे गीत दे पंजाब जही ये बहार बन जू मल पैणगे इस कबड्डी दे पंजाब गई गई ये सरकार बन जू। कदे सोचा नहीं सी चहान जरा कि कबड्डी टीवी चैनलों का शिंगार बन जू कबड्डी टीवी चैनलों का शिंगार बन जू। अज मेरे वीरो कबड्डी 365.com ते लाइव किया जा रहा आ मेरे वीरो इस समय तकड़ा जफल आता हो निका तूत पिंड का अंक अपनी टीम के लिए जोड़ता हो लंडे ते टुड्डी ये टीम भी जल्दी बुझना टुड्डी की टीम जी बुझी हुई है। हाँ जी लाओ सब तो कहते भी गोरा पंजगरी वाला पाँदा हो गया कबड्डी खेड के मैदान के न्यूदीप अकैडमी का कहते भी टॉप का धावी नौजवान खेड के मैदान च बद के पाँदा हो गया कबड्डी। एक पासे कहते भी दो नंबर का जाफी सिंह सरदार इसलिए करता हो गया ट्राई के दो नंबर का बंदा माड़ा दो नंबर का धंधा माड़ा इधरले पासे दो नंबर का जाफी करता ट्राई पर अंक धावी का मैच की समाप्ति हो चुकी है। तूतां दी टीम मुकाबला जित चुकी है अगली टीम लंडे और पिंड टुड्डी दी टीम जल्दी सेंटर लाइन ते आउण लंडे वर्सिस टुड्डी कबड्डी 365.com दे राही मेरे वीरो पूरी दुनिया भर दे विच पिंड चंदबाजे दा कबड्डी कप कहिंदे भी पूरी दुनिया भर दे विच दिखाया जा रहा है और साडे NRI भरा इस कबड्डी खेड मेले नूं जिहड़ियां मुबारकबाद भेज रहे हैं वड्डा धन्नवाद है सारे सत्कारयोग वीरां दा। जल्दी दे नाल टुड्डी टीम आ चुकी है लंडे पहुंच जी अशोक शर्मा जैतो वाला खेड़ मैदान जावे साढ़े 12 पॉइंट ने इस मुकाबले तूतां दे और 3 पॉइंट मेरे वीरियो बाबा फरीद दे। हाँ जी नवदीप वीर एक मिनट तूतां दी टीम जेतू है कली वाला वीर साडा वीर लाइना दे उपर कली पा देवे नाल साडी बेनती है दोनों टीमां नूं असी पहलां दसण जा रहे हैं कमेटी कहिंदी है भी जेकर दोनों टीमां दा सानूं पता लग गया मैच फिक्सिंग आ तां दोनों टीमां स्क्रैच कर दित्तियां जाणगियां। ये साडे खिडारी वीर ध्यान देन लंडे ते संत बाबा मानदास क्लब टुड्डी दा मेरे वीर तकड़ा मैच खेडे जाना है। हाँ जी असी जेतू रख के टाइया पाउन लगे हैं जल्दी आओ भी लंडिया की टीम। हाँ जी नवदीप वीरे जेतू रख के टाइया पाउन लगे हैं वीर। हैलो एक दो अप्रैल है पिंड मोदी कबड्डी खेड मेले की। हाँ जी सौ पवा दो टीम की प्रबंधक वालों बेनती है दोनों टीमों की जी सौ पवाई जानी है एक दो अप्रैल। हैलो हाँ जी कारा वीर जी अगले मैच लखविंदर सौ पवा दो लखविंदर। हैलो दोनों टीमों की सौ पवा दो बेनती है जी प्रबंधकीर। हाँ जी हाँ जी गरेवाल साहब जी पवा रहे हैं फोटो अपने को जी उसे नाल ही वड्डा धन्नवाद है सरपंच सरदार गुरप्रीत सिंह जी का वड्डियां सेवावां इस कबड्डी खेड मेले के समुची ग्राम पंचायत पिंड चंदबाजा उसे नाल ही साडे दविंदर गरेवाल साहब जी लखिंदर साडा वीर वड्डियां सेवावां सारे सत्कारयोग वीरां दा धन्नवाद है गगन गरेवाल उसे नाल ही गुरप्रीत सिंह जी सरपंच दर्शन इंग्लैंड वाला वड्डा संयोग है उसे नाल ही गगन कनेडा कुलविंदर की याद के लखिंदर दयाल के वलों वड्डा संयोग है हैप्पी मनीला वाला साडा वीर उसे नाल ही धीरा साडा वीर मनीला वाला वड्डे संयोग भेजता है इस कबड्डी खेड मेले उगे खेड प्रमोटर साडे बहुत ही सत्कार के योग खेडा का आनंद माणते हुए गुरमीत सिंह मंडवाला जैतो वाला भाऊ बाजे मल संपर्क करे जैतो वाला भाऊ गड्डी की चाबी आ भी वह चाबी पहुंचती करे। हाँ जी जेतू रख के टाइया पाउन लगे हैं मेरे वीर नाल ही मेरे वीर 7-8 तरीक जी है मोर वाली कबड्डी कप की होगी कबड्डी 65 किलो के कबड्डी ओपन के मैच खेडे जाएंगे 8 तरीक न कबड्डी ओपन 7 तरीक न कबड्डी 65 किलो के मैच खेडे जाएंगे। जल्दी के नाल टीमों की सौंप पवा के मैच शुरू कराओ जी काफी नेरा हो रहा है सो बेनती है जल्दी आप मैच शुरू कराइए वड्डा धन्नवाद है सारे सत्कारयोग दर्शकों का जो बड़े प्यार दे नाल मुकाबले तक रहे हैं
कि बड़ी दूरों दूरों आए भुखे ते आई इन्हां नूं किसे गल दी घाट रड़ के अज बोलदा कबड्डी दा जनून पंजाबियां दे सिर जाके। एक मिनट वीरे दोनों टीमों के प्लेयर लैन ध्यान से सौ पाउण वीरे बेनती है कमेटी वालों दोनों टीमों के प्लेयर नाल ही मूह स्प्रे ग्राउंड दे विच पाउण दी कीती जावे। हांडा साहब जी पवाओ जी सौ कल मेरे वीडियो हैलो हैलो जेड़े एक्स्ट्रा खिलाड़ी होणगे ओ बाई जी थले बैठणगे बेनती है दर्शक इन्हां नूं डिक्का लगता मैच देखदियां नूं जिहड़े मुंडियां ने खेडना उही मेरे वीर बार बार होणगे तो जिहड़े एक्स्ट्रा खिलाड़ी नाल आए आ ओह साइड ते बहि जाण बेनती है। सौ पवाओ जी जल्दी टीमां दी उस तों बाद आपां मैच शुरू कराईए लंडे वर्सेस टुड्डी। हाँ जी मूह स्प्रे जी राड़ दे पहुंच दी की जाए मूह स्प्रे। हैलो साडे अगले टूरनामेंट वास्ते साडे सहयोगी सज्जना दे नां इस प्रकार सरदार गुरमीत सिंह जी खेड प्रमोटर मंडवाला 21,000 रुपया मनदीप हांडा 5,500 रुपया बग्गा डुबई वाला 3,100 रुपए लखविंदर सिंह दियोल 11,000 रुपए बाबा रांझा ते बाबा जलौरा 21,000 रुपये का सहयोग इन्होंने कमेटी नू देना है अगले टूरनामेंट से। गुरप्रीत बराड़ मनीला वाले 11,000 लखविंदर मैच कराओ जल्दी स्टार्ट यार बाकी भी बाहर काट दो। हेलो 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 जल्दी करवाओ जी मैच शुरू जल्दी बेनती है सौ पवा के जल्दी मैच शुरू कराओ। बाबा गोरा दयाल अते कुलदीप सिंह माणक वालों दुध च पत्ती पाई है भाई जो भी किसी वीर नूं लोड़ होवे छक सकदा भाई वड्डे मान सन्मान जिते कहिंदे वी धूरकोट दी कबड्डी खेड मिले ते पिछले दिनी 28 फरवरी नूं कहिंदे वी दारे धूरकोट वाले दा वड्डा मान सन्मान बुलट मोटरसाइकिल दे नाल सरदार गुरमीत सिंह जी उगे खेड प्रमोटर गिल साहब ने कहिंदे वी बुलट मोटरसाइकिल दे के वड्डा मान कीता दारे दा अज थाने चंदबाजे वाले का बड़ा मान हो गया उत्थे नाल भी कहिंदे गुरबाज का बड़ा मान। हैलो हाँ जी प्रधान जी ए टीमां दा एक खिडारी सौं खा रहा जी सारिआं ने फोन ही गया एक नूं जी बहुत है की ठीक एक दी बहुत हुंदी आ हुण साडे टप्पर टुर लै के आउणा एक दोवें टीमां दा एक खिडारी सौं सारी टीम दी चक्को ही भाई दोवां टीमां दा एक एक खिडारी सारी टीम की सौं चक्के खेड लई। हैलो 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 दोवां टीमां दा एक एक खिडारी हैलो दोनों टीमों के खिडारियों की सौं पवा के मैच छेती शुरू कराओ जी बेनती है प्रबंधकों नूं जल्दी मैच शुरू कराओ। लखविंदर आ सौ भी एक दो जने पवा लिया करो सारे ना वड़ जा करो ग्राउंड च वलंटियर वीरां नूं बेनती है बई आप बहर आ जाओ तुसीं ज्यादा इकट्ठ ना करो दर्शक बहर मैच देखण वास्ते बैठे किन्ना नेरा होया इन्हां नूं कोई मुश्किल नहीं होनी चाहीदी। एक बेनती है खिडारियों नूं जिहड़े एक्स्ट्रा खिडारी आए ने उह थले बहि जाओ बई जी बेनती है जिन्हें कोई कौडी नहीं पाउणी जिन्हें जाफ नहीं करनी उह थले बहि जाओ बेनती है साडी दर्शकां नूं डिक्का लगदा है जिहड़े वीरां ने नहीं खेडणा उह थले बहि जाओ। हैलो हैलो जिहड़े वीरां दी ड्यूटी आ उह ग्राउंड 'च रहिणगे बाकी वीर बाहर आ जाओ बेनती है जी जल्दी मारो जी मिसला मैच आपां शुरू करवाईए। हाँ जी नवदीप वीरे आपां बेनती करिए जिन्हें भी स्पेयर खिडारी है कृपा करके थले बैठ जाना बह गए भाई जी बह गए जी। हैलो कारा जी आओ जी पहली कबड्डी कीपा करदे वी भलूर दी धरती दा कबड्डी पा रहे आ खेड़ दे मैदान दे। हाँ जी हाँ जी दसो अगलियां टाइयां कढ़नियां आपां ग्राउंड दे विच जिस टीम रख के दूजियां टाइयां कढो जी ग्राउंड दे विच टाइयां लाओ जी पॉइंट कहिंदे वी भलूर वाले कीपे दे हिस्से है इधरले पासे टुड्डी की टीम कहिंदे वी वाटर वक्त वाली साइड है और कहिंदे वी स्कूल की बेल्टिंग वाली सैड जिहड़ी टीम आपां देख रहे वी इह टीम लंडे पिंड की टीम है। लाओ कुलदीप सिंह कीपा कहिंदे वी भांगर की धरती का पाउदा होया कबड्डी उधरले पासे कहिंदे वी चिम्मा टुड्डी की धरती का खेड के मैदान के विच करदा होया ट्राई पर पॉइंट जिहड़ा धावी दे हिस्से के योधे रण विच जूझदे बौंदे तलवारां डाढे दे हत्थ हुंदियां ने जित्तां ते हारां जश्न मनाईए जित दा ना हारो डरीए उच्चा बोल ना बोलीए तारो डरीए भाई कबड्डी खिडारी गाजा नूं बेनती है ग्राउंड च पहुंचे कबड्डी खिडारी गाजा। लाओ इधरले पासे विक्की टुड्डी वाले दी पाई हुई कबड्डी ए भी खिडारी कहिंदे वी न्यू दीप अकैडमी दे लई खेडदा है इधरले पासे जी किथे आ
जिथे मेरी आवाज सुनदा प्लीज स्टेज को पहुंचन जल्दी लाओ सामने विकी टुटी दी धरती दा आओ जी स्टेज को प्लीज लखविंदर साडा वीर स्टेज ते संपर्क कर ले लखविंदर इधरले पाते विकी टुटी वाला अंक जोड़दा गया अपने पाले लाओ रणजीत सिंह कहंदे भी रामनगर स्वाजियां दी धरती दा दर्शन सिंह लैंडमैन ओ भी जिथे मेरी आवाज सुनदा प्लीज स्टेज को पहुंचन खेड दे मैदान दे विच पाउंदा गया कबड्डी एक पासे चिम्मा नाल कहंदे भी लखे वर्गे सेवक टगोर माणे दी धरती दा इधरले पास अंक जिहड़ा धावी दे खिस्से पक्के वाला लखा इधरले पासे आपां देखदे भी नौजवान चिम्मे वर्गे गभरू कहंदे भी सेवक टगो दी धरती दा लै भी धरमिया कर भी गल इस नौजवान धावी दी हैलो मेरे वीरो कीपा नाम है भलूर पिंड आ धावी दा लखविंदर सिंह कीपा भलूर दी धरती दा असमे कबड्डी पाउंदा होया है ਨਾਲ ਹੀ ਇਹਨਾਂ ਨੇ ਥਾਣਾ ਸਿੰਘ ਤੇ ਗੁਰਬਾਜ ਸਿੰਘ ਵੀ ਜਿੱਥੇ ਹੀ ਵਾਸ ਆਉਂਦੇ ਉਹ ਵੀ ਪਲੀਜ਼ ਸਟੇਜ ਕੋਲ ਜਲਦੀ ਪਹੁੰਚਣ ਆਹ ਖਡਾਰੀ ਦਾ ਪਿੰਡ ਮੇਰੇ ਵੀਰੋ ਭਾਂਗਰ ਕਹਿੰਦੇ ਨੇ ਵੀ ਸ਼ਕੂਰ ਦੇ ਲਾਗੇ ਵਸਿਆ ਪਿੰਡ ਮੇਰੇ ਵੀਰੋ ਆਹ ਤਾਵੀ ਦਾ ਕੀਪਾ ਨਾਮ ਹੈ ਇੱਕ ਗਨੀ ਤੇ ਮੇਰੇ ਵੀਰੋ ਚਿੰਮਾ ਟੁੱਡੀ ਵਾਲਾ ਇੱਕ ਗਨੀ ਤੇ ਮੇਰੇ ਵੀਰੋ ਪੱਕੇ ਪਿੰਡ ਦਾ ਲੱਖਾ ਆਹ ਖਡਾਰੀ ਤੇ ਮੇਰੇ ਵੀਰੋ ਮਾਣ ਕਰਦਾ ਸੁਖਮੰਦਰ ਸਿੰਘ ਜੀ ਹੁੰਦਲ ਸਾਹਿਬ ਸ਼ੂਸ਼ਕ ਵਾਲੇ ਕਹਿੰਦੇ ਨੇ ਵੀ ਸ਼ੂਸ਼ਕ ਦੇ ਕਬੱਡੀ ਕੱਪ ਦੇ ਬੁਲਟ ਮੋਟਰਸਾਈਕਲ ਦੇ ਕੇ ਮਾਣ ਸਨਮਾਨ ਕਰਨਾ ਹੈ ਪੱਕੇ ਵਾਲੇ ਲੱਖੇ ਦਾ ਸਾਡਾ ਵੀਰ ਰਾਮਦਾਸ ਪੈਸਟੀਸਾਈਡ ਵਾਲਾ ਗੁਰਵਿੰਦਰ ਸੇਖੋਂ ਮਾਣ ਕਰਦਾ 500 ਰੁਪਏ ਦੇ ਪੰਜਾਬੀ ਮਾਂ ਬੋਲੀ ਤੋਂ ਖੁਸ਼ ਹੋ ਕੇ ਵੱਡਾ ਧੰਨਵਾਦ ਹੈ ਰਾਮਦਾਸ ਪੈਸਟੀਸਾਈਡ ਸਾਡਾ ਵੀਰ ਗੁਰਵਿੰਦਰ ਸਿੰਘ ਤੇ ਨਾਲ ਸੁਵਿੰਦਰ ਹਾਂਡਾ ਜੀ ਧੰਨਵਾਦ ਹੈ ਇਹਨਾਂ ਵੀਰਾਂ ਦਾ ਜੋ ਦਾਸ ਦਾ ਮਾਣ ਕਰ ਰਹੇ ਹੈ ਇੱਕ ਕਨੀ ਤੇ ਮੁੰਡਾ ਵਿੱਕੀ ਲੰਡਿਆ ਵਾਲਾ ਆ ਆਲਟੋ ਦਾ ਜੇਤੂ ਮੁੰਡਾ ਕੌਣ ਲੰਡਿਆ ਦੀ ਧਰਤੀ ਦਾ ਜੰਟ ਹੈ ਸਮੇਂ ਮਾਰੋ ਤਾੜੀ ਦਰਸ਼ਕ ਵੀਰਿਓ ਕਿਆ ਬਾਤਾਂ ਨੇ ਆ ਮੁੰਡਾ ਜੰਟਾ ਬੱਦੋਵਾਲ ਦਾ ਜੇਤੂ ਬੱਦੋਵਾਲ ਦਾ ਜੇਤੂ ਜੇ ਸਵਾਦ ਆ ਰਿਹਾ ਖੁੱਲ ਕੇ ਤਾੜੀ ਮਾਰ ਦੋ ਦਰਸ਼ਕ ਵੀਰ ਇੱਕ ਵਾਰ ਬਈ ਵਾਹ 2010 ਦੇ ਵਿੱਚ ਵੀ ਕਹਿੰਦੇ ਬੱਦੋਵਾਲ ਦੇ ਕਬੱਡੀ ਕੱਪ ਤੇ ਇਸ ਗੱਭਰੂ ਨੇ ਨੈਨੋ ਗੱਡੀ ਜਿੱਤੀ ਵੱਡੇ ਮਾਣ ਕਹਿੰਦੇ ਵੀ ਵੱਡੇ ਰਿਕਾਰਡ ਪੈਦਾ ਕੀਤੇ ਜੰਟਾ ਲੰਡਿਆ ਦੀ ਧਰਤੀ ਦਾ ਲਾਜ ਆਪਾ ਅੰਕ ਆਪਣੀ ਟੀਮ ਦੇ ਜਿੱਤੇ ਜੋੜਦਾ ਗਿਆ ਕਿ ਹਿੱਕ ਦੀ ਯੁਰਤ ਨਾਲ ਫੈਸਲੇ ਕਰੀ ਦੇ ਉੱਤੋਂ ਰੱਬ ਦੀ ਨਹੀਂ ਹੋਗਾ ਵੀ ਮਿਹਰਬਾਨ ਚਾਹੀਦੀ ਕਿ ਗੈਰਾਂ ਦੇ ਸਿਰਾਂ ਤੇ ਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜਾਣ ਚਾਹੀਦੀ ਹਾਂਜੀ ਹੈਲੋ ਜਗਜੀਤ ਜੱਗੀ ਬਰਾੜ ਜੰਡ ਵਾਲਾ ਅਗਲੇ ਟੂਰਨਾਮੈਂਟ ਵਾਸਤੇ 11,000 ਰੁਪਇਆ ਉਹਨਾਂ ਨੇ ਕਿਹਾ ਵੀ ਦੇਵਾਂਗੇ ਅਸੀਂ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਗਜੀਤ ਜੱਗੀ ਜੰਡ ਵਾਲਾ ਬੱਦੇ ਮਾਨ ਤੇ ਕਹਿੰਦੇ ਵੀ ਆਉਣ ਵਾਲੇ ਕਬੱਡੀ ਖੇਡ ਮੇਲੇ ਦੇ ਲਈ ਬੁਲਾ ਰਹੇ ਨੇ ਸਾਡੇ ਵੀਰ ਇਧਰਲੇ ਪਾਸੇ ਭਲੂਰ ਦੀ ਧਰਤੀ ਦੇ ਕੀਪੇ ਦੀ ਪਾਏ ਹੋਈ ਕਬੱਡੀ ਇਸੇ ਨਗਰ ਦਾ ਕਹਿੰਦੇ ਵੀ ਉੱਗਾ ਖੇਡ ਪ੍ਰਮੋਟਰ ਹੈ ਕਹਿੰਦੇ ਵੀ ਨੌਜਵਾਨ ਮੇਰੇ ਵੀਰੋ ਮੇਜਰ ਸਿੰਘ ਜੀ ਬਰਾੜ ਭਲੂਰ ਵਾਲੇ ਨਵਦੀਪ ਪਲੀਜ਼ ਵੀਰੇ ਇੱਕ ਮਿੰਟ ਜਿਹੜੀ ਟੀਮ ਇਸ ਚੱਲਦੇ ਮੈਚ ਦੇ ਵਿੱਚ ਜਿੱਤੂਗੀ ਉਹ ਟੀਮ ਫਾਈਨਲ ਦੇ ਵਿੱਚ ਹੈ ਤੂਤਾਂ ਦੀ ਟੀਮ ਦਾ ਮੈਚ ਜੰਡਵਾਲ ਦੇ ਨਾਲ ਖੇਡਿਆ ਜਾਣਾ ਇਹ ਖਿਡਾਰੀ ਵੀਰ ਨੋਟ ਕਰਨ ਮੇਰੇ ਵੀਰ ਲਓ ਭਾਂਗਰ ਦਾ ਮੇਰੇ ਵੀਰੋ ਕੀਪਾ ਸਮੇਂ ਕਬੱਡੀ ਪਾਉਂਦਾ ਹੋਇਆ ਹੈ ਉਧਰ ਬਾਂਟੀ ਸੇਖੋ ਵਰਗੇ ਗਗਨ ਬੁੱਟਰ ਵਰਗੇ ਗਗਨ ਢਿੱਲੋਂ ਵਰਗੇ ਮੇਰੇ ਵੀਰੋ ਅੱਜ ਕਬੱਡੀ ਦਾ ਮਹਾਕੁੰਭ ਤੱਕ ਰਹੇ ਵੱਡਾ ਧੰਨਵਾਦ ਹੈ ਜ਼ਿੰਦਗੀ ਦੇ ਸਤਿਕਾਰਯੋਗ ਵੀਰਾਂ ਦਾ ਵੱਡਾ ਧੰਨਵਾਦ ਹੈ ਕਿ ਭੇਦਲ ਕਾਈ ਨੂੰ ਰੱਬ ਨੇ ਜੋ ਦੱਸਦੇ ਗੀਤਾ ਕੁਰਾਨ ਸਤਿਕਾਰ ਗੁਰੂ ਗ੍ਰੰਥ ਜੀ ਦਾ ਕਿ ਨਾਨਕ ਦੀ ਬਾਣੀ ਮੰਗੇ ਭਲੇ ਸਰਬੱਤ ਦੇ ਐਸੇ ਸੂਰ ਵੀਰਾਂ ਦਾ ਹੁੰਦਾ ਹੈ ਜਨਮ ਇੱਥੇ ਕਿ ਚੜ੍ਹਦੇ ਨੇ ਜੋ ਫਾਂਸੀਆਂ ਤੇ ਹੱਸ ਕੇ ਇਸੇ ਨੂੰ ਤਾਂ ਕਹਿੰਦੇ ਨੇ ਚੌਹਾਨ ਯਾਰਾ ਇੰਡੀਆ ਕਿ ਜਿੱਥੋਂ ਦੇ ਪੰਜਾਬੀ ਅੱਜ ਕੱਲ੍ਹ ਚੂੜਾ ਪੜਦੇ ਡਬਲ ਟੱਚ ਔਰ ਪੁਆਇੰਟ ਜਿਹੜਾ ਧਾਵੀ ਦੇ ਖਿੱਸੇ ਭਲੂਰ ਵਾਲਾ ਕੀਤਾ ਮੇਰੇ ਵੀਰੋ ਅੰਕ ਜੋੜਦਾ ਹੋ ਕੇ ਆਪਣੇ ਪਾਲੇ ਹੈ ਬੜਾ ਮਾਣ ਕਰਦਾ ਵੀ ਮੇਜਰ ਬਰਾੜ ਇਸ ਨੌਜਵਾਨ ਧਾਵੀ ਤੇ ਚਹੇਤਾ ਖਿਡਾਰੀ ਹੈ ਬੜੇ ਖਿਡਾਰੀ ਕਹਿੰਦੇ ਵੀ ਸਰਦਾਰ ਗੁਰਮੀਤ ਸਿੰਘ ਜੀ ਗਿੱਲ ਸਾਹਿਬ ਅੱਗੇ ਖੇਡ ਪ੍ਰਮੋਟਰ ਨੇ ਮੰਡਵਾਲਾ ਤੋਂ ਬੜੇ ਖਿਡਾਰੀ ਕਹਿੰਦੇ ਵੀ ਉਹਨਾਂ ਦੇ ਮੂੰਹ ਭਰੇ ਸੱਦੇ ਤੇ ਕੈਨੇਡਾ ਖੇਡੇ ਉੱਥੇ ਨਾਲ ਆਖਦੇ ਵੀ ਕਰਮਪਾਲ ਢੇਕੇ ਮੇਰੇ ਵੀਰੋ ਕਹਿੰਦੇ ਮੇਜਰ ਸਿੰਘ ਜੀ ਬਰਾੜ ਭਲੂਰ ਵਾਲੇ ਇਹਨਾਂ ਦੇ ਮੂੰਹ ਭਰੇ ਸੱਦੇ ਤੇ ਅਨੇਕਾਂ ਖਿਡਾਰੀ ਆਏ ਸਾਲ ਕੈਨੇਡਾ ਹੈਲੋ ਹੈਲੋ ਜਸਵਿੰਦਰ ਸਿੰਘ ਖੁਸ਼ਹਾਲ ਸਿੰਘ ਦਾ ਮੁੰਡਾ ਬਾਈ ਉਹ ਘਰੇ ਜਾਵੜੇ ਹੈਲੋ ਜਸਵਿੰਦਰ ਸਿੰਘ ਲੈ ਵੀ ਨਵਦੀਪ ਸਿਆ ਸਾਡਾ ਵੀਰ ਸਨੀ ਬਰਾੜ ਚੰਦਬਾਜਾ ਲੰਡਾ ਵਾਲੇ ਜੰਟ ਦੇ ਲਈ ਇੱਕ 500 ਰੁਪਇਆ ਭੇਜ ਦਾ ਵੱਡਾ ਧੰਨਵਾਦ ਹੈ ਜੱਫੇ ਤੋਂ ਖੁਸ਼ ਹੋ ਗਏ ਸਾਡੇ ਵੀਰ ਲੰਡਾ ਵਾਲੇ ਜੰਟ ਦੇ ਲਈ ਲਾ ਵਿੱਕੀ ਟੁੱਡੀ ਵਾਲਾ ਮੇਰੇ ਵੀਰੋ ਇੰਗਲੈਂਡ ਖੇਡਿਆ ਕੈਨੇਡਾ ਖੇਡਿਆ ਟੁੱਡੀ ਵਾਲਾ ਬਰਾੜ ਪਰਿਵਾਰ ਦਾ ਵਿੱਕੀ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਆ ਬੱਦੋਵਾਲ ਦਾ ਮੇਰੇ ਵੀਰੋ ਜਾ ਕੇ ਦੀ ਲੱਖਾਂ ਕੋਟ ਕਰੋੜ ਦਾ ਜੱਫਾ ਨਹੀਂ ਲਾ ਸਕਿਆ ਲੱਖਾਂ ਕੋਟ ਕਰੋੜੀਆ ਅਗਲੀ ਗੱਲ ਸਾਡਾ ਵੀਰ ਨਵਦੀਪ ਦਵੜੀ ਹਨ ਲੱਖਾਂ ਕਹਿੰਦੇ ਵੀ ਕੋਟ ਕਰੋੜ ਦੀ ਧਰਤੀ ਦਾ ਨਹੀਂ ਜੱਫਾ ਲਾ ਸਕਿਆ ਇਧਰਲੇ ਪਾਸੇ ਕੁਲਦੀਪ ਸਿੰਘ ਕੀਪਾ ਭਾਂਗਰ ਦੀ ਧਰਤੀ ਦਾ ਪਾਉਂਦਾ ਹੋਇਆ ਕਬੱਡੀ ਮੇਰੇ ਵੀਰੋ ਇੱਕ ਕੁਲਦੀਪ ਕੀਪਾ ਪਤਨੀ ਦੀ ਧਰਤੀ ਦਾ ਮਸ਼ਹੂਰ ਆ ਦੁਨੀਆ ਭਰ ਦੇ ਵਿੱਚ ਇੱਕ ਕਹਿੰਦੇ ਵੀ ਸਹਿਣੇ ਦੀ ਧਰਤੀ ਦਾ ਇੱਕ ਸੱਦੋਵਾਲ ਦੀ ਧਰਤੀ ਦਾ
ਇਧਰਲੇ ਪਾਸੇ ਟੁੱਟੀ ਵਾਲਾ ਚਿੰਮਾ ਮੇਰੇ ਵੀ ਉਹ ਸਾਹਣ ਜੱਟ ਇਸ ਲਈ ਲਾਉਂਦਾ ਗਿਆ ਜੱਫਾ ਬੱਲੇ ਬੱਲੇ ਹੁਰ ਹੋਈ ਪਈ ਹੈ ਆ ਜਾ ਮੇਰੇ ਵੀਰੋ ਕਬੱਡੀ ਕੱਪ ਦਾ ਨਜ਼ਾਰਾ ਅੰਕ ਜਿਹੜਾ ਜਾਫੀ ਦੇ ਕਿੱਸੇ ਹੈ ਕਿ ਖੜ ਖੜ ਵੇਹਦੇ ਲੋਕੀ ਸਾਹਣ ਜੱਟ ਨੂੰ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ ਖੜ ਖੜ ਵੇਹਦੇ ਲੋਕੀ ਸਾਹਣ ਜੱਟ ਨੂੰ ਇਧਰਲੇ ਪਾਸੇ ਚਿੰਮੇ ਟੁੱਡੀ ਵਾਲੇ ਨੇ ਜੱਫਾ ਲਾ ਮੇਰੇ ਵੀਰੋ ਅੰਕ ਆਪਣੀ ਟੀਮ ਦੇ ਕਿੱਸੇ ਜੋੜਿਆ ਸਾਹਮਣੇ ਕੀਪੇ ਭਲੂਰ ਵਾਲੇ ਦੀ ਪਾਏ ਹੋਈ ਕਬੱਡੀ ਤੇ ਟਰਾਈ ਕਹਿੰਦੇ ਵੀ ਕੌਣ ਕਰਦੇ ਹੈ ਇਧਰਲੇ ਪਾਸੇ ਟੱਚ ਦੱਸੀ ਵੀ ਡਬਲ ਰੈਫਰੀ ਦਾ ਫੈਸਲਾ ਅਟਲ ਹੈ ਵੀ ਨੌਜਵਾਨ ਅੰਕ ਧਾਵੀ ਦੇ ਕਿੱਸੇ ਹੈ ਟੱਚ ਡਬਲ ਹੈ ਇਹ ਨੌਜਵਾਨ ਕਹਿੰਦੇ ਵੀ ਅਸ਼ੋਕ ਜੈਤੋ ਦੀ ਧਰਤੀ ਦਾ ਮੇਰੇ ਵੀਰੋ ਬਾਹਰ ਰੱਖਦਾ ਮਾਲਕ ਜੈਤੋ ਵਾਲਾ ਭਾਊ ਇਧਰਲੇ ਪਾਸੇ ਅਸ਼ੋਕ ਦੇ ਹੋਏ ਫੈਸਲਾ ਹੈਲੋ ਹਾਂਜੀ ਰਣਜੀਤ ਮੇਰੇ ਵੀਰ ਇਸ ਸਮੇਂ ਕਬੱਡੀ ਪਿਆ ਰਿਹਾ ਇੱਕ ਕੰਨੀ ਤੇ ਮੇਰੇ ਵੀਰ ਆ ਚਿੰਮਾ ਢੁੱਡੀ ਵਾਲਾ ਪਰ ਜੱਫਾ ਜਿਹੜਾ ਨਹੀਂ ਲਾ ਸਕਿਆ ਅੰਕ ਜਿਹੜਾ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਹੈ ਕਬੱਡੀ ਵਿੱਕੀ ਦੀ ਮੇਰੇ ਵੀਰਿਓ ਢੁੱਡੀ ਦੀ ਧਰਤੀ ਦਾ ਵਿੱਕੀ ਅਗਲੇਰੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸੰਤ ਬਾਬਾ ਮਹਾਂਦਾਸ ਕਬੱਡੀ ਕਲੱਬ ਢੁੱਡੀ ਦੀ ਟੀਮ ਦੇ ਵੱਲੋਂ ਕਬੱਡੀ ਵਿੱਕੀ ਦੀ ਹੈ ਅੱਜ ਪੂਰਾ ਨਜ਼ਾਰਾ ਆ ਰਿਹਾ ਮੇਰੇ ਵੀਰੋ ਚੰਦ ਵੱਜਦੇ ਕਬੱਡੀ ਕੱਪ ਦੇ ਇੱਕ ਕੰਨੀ ਤੇ ਮੇਰੇ ਵੀਰੋ ਲੰਡਾ ਵਾਲਾ ਜੰਟਾ ਇੱਕ ਕੰਨੀ ਤੇ ਵਿੱਕੀ ਆ ਮੇਰੇ ਵੀਰੋ ਵਿੱਕੀ ਲੰਡਿਆਂ ਦੀ ਧਰਤੀ ਦਾ ਆ ਵਿੱਕੀ ਵਿੱਕੀ ਲੰਡਿਆਂ ਵਾਲਾ ਜਾਨਦਾਰ ਜੱਫਾ ਲਾਉਂਦਾ ਹੋਇਆ ਆਪਣੀ ਟੀਮ ਦੇ ਲਈ ਪੁਆਇੰਟ ਮੇਰੇ ਵੀਰੋ ਰੈਫਰੀ ਨੇ ਫੈਸਲਾ ਕਰਨਾ ਹੈ ਰੈਫਰੀ ਦਾ ਫੈਸਲਾ ਟਾਲਾ ਵੀ ਰੈਫਰੀ ਨਾਲ ਬਹਿਸ ਨਹੀਂ ਟੀਮਾਂ ਕੱਟੀਆਂ ਜਾਣਗੀਆਂ ਜਿਹੜੀ ਟੀਮ ਰੈਫਰੀ ਨਾਲ ਬਹਿਸ ਕਰੇਗੀ ਉਹ ਟੀਮ ਕੱਟੀ ਜਾਣੀ ਹੈ ਹੈਲੋ ਹੈਲੋ ਰੇਡਰ ਦਾ ਹੈਲੋ ਨਿੰਮੇ ਨਿੰਮੇ ਬਾਈ ਪਿਆਰ ਨਾਲ ਰੈਫਰੀ ਦਾ ਫੈਸਲਾ ਅਟਲ ਹੈ ਵੀ ਨੌਜਵਾਨ ਦੱਸੀ ਰੇਡਰ ਦਾ ਜੀ ਰੇਡਰ ਦਾ ਪੁਆਇੰਟ ਜਿਹੜਾ ਰੇਡਰ ਦੇ ਕਿੱਥੇ ਆ ਚੱਲ ਵੀ ਕਬੱਡੀ ਅਗਲੀ ਕਬੱਡੀ ਪਵਾਓ ਜੀ ਆਹ ਬਾਹਰੋਂ ਦਰਸ਼ਕੀ ਨੂੰ ਜਿਹੜੇ ਆ ਰਹੇ ਨੇ ਬੇਨਤੀ ਹੈ ਇੱਧਰ ਆ ਜਾਓ ਤੁਸੀਂ ਵੀ ਖਿਡਾਰੀਆਂ ਨੂੰ ਬੇਨਤੀ ਹੈ ਬਾਈ ਬਾਹਰੋਂ ਨਾ ਕੋਈ ਜਾਵੇ ਵਿੱਚ ਪਲੇਅਰਾਂ ਨੂੰ ਵੀ ਬੇਨਤੀ ਹੈ ਵੀ ਜਿਹੜੇ ਬੰਦੇ ਰੈਫਰੀ ਦਾ ਫੈਸਲਾ ਅਟਲ ਆ ਬਾਈ ਜੀ ਜਿਹੜੇ ਰੈਫਰੀ ਫੈਸਲਾ ਕਰ ਰਹੇ ਆ ਸੋ ਬੇਨਤੀ ਆ ਮਹਾਰਾਜ ਜੀ ਫੈਸਲਾ ਮੈਚ ਸ਼ੁਰੂ ਕਰਾਓ ਰੈਫਰੀ ਇੱਧਰ ਆ ਜਾਓ ਮੇਰੇ ਵੀਰ ਮੈਚ ਕਰਾਓ ਜੀ ਤੁਸੀਂ ਬਾਹਰੋਂ ਕੋਈ ਬਾਈ ਨਾ ਵਿੱਚ ਜਾਵੇ ਬਾਹਰੋਂ ਸਾਡਾ ਵੀਰ ਕੋਈ ਵੀ ਦਰਸ਼ਕ ਵੀਰ ਰੌਲਾ ਰੱਪਾ ਨਾ ਪਾਵੇ ਕਿਉਂਕਿ ਇਸੇ ਕਰਕੇ ਵੀਰੇ ਆਪਾਂ ਵਧੀਆ ਰੈਫਰੀ ਸੱਦਿਆ ਕਿਉਂਕਿ ਰੌਲਾ ਨਾ ਪਾਵੇ ਬੇਨਤੀ ਹੈ ਸਾਡੀ ਹੈਲੋ ਆ ਜਿਹੜੇ ਦਰਸ਼ਕ ਵੀਰ ਬਾਹਰ ਖੜੇ ਨੇ ਉਹਨਾਂ ਨੂੰ ਬੇਨਤੀ ਆ ਬਾਈ ਜੀ ਤੁਸੀਂ ਨਾ ਕੋਈ ਡਿਸੀਜਨ ਦਿਓ ਜਿਹੜਾ ਰੈਫਰੀ ਨੇ ਫੈਸਲਾ ਕਰਤਾ ਉਹ ਅੰਤਮ ਹੈ ਇਹ ਰੈਫਰੀਆਂ ਨੂੰ ਆਪਾਂ ਹੈਲੋ ਹਾਂਜੀ ਇੱਕ ਮਿੰਟ ਰੈਫਰੀਆਂ ਨੂੰ ਆਪਾਂ ਪੈਸੇ ਦੇਣੇ ਆ ਜੇ ਤੁਸੀਂ ਰੈਫਰੀ ਕਰਨ ਜਾਣਦੇ ਸੀ ਪਰ ਆਪਾਂ ਇਹਨਾਂ ਨੂੰ ਕਿਉਂ ਸੱਦਿਆ ਤੁਸੀਂ ਕਰ ਲੈਂਦੇ ਲੈ ਵੀ ਨਾਲ ਦੀ ਨੋਟ ਕਰੀ ਵੀਰ ਹਾਂਜੀ ਹਾਂਜੀ ਬੇਨਤੀ ਹੈ ਸਾਡੀ ਦਰਸ਼ਕ ਵੀਰਾਂ ਨੂੰ ਕਿਰਪਾ ਕਰਕੇ ਕੋਈ ਵੀ ਵੀਰ ਸਾਡਾ ਬਾਹਰੋਂ ਨਾ ਬੋਲੇ ਅਸੀਂ ਰੈਫਰੀ ਇਸੇ ਕਰਕੇ ਬਾਹਰੋਂ ਮੰਗਾਏ ਆ ਵੀਰੇ ਲਓ ਸਾਹਮਣੇ ਪਾਈ ਹੋਈ ਕਬੱਡੀ ਮੇਰੇ ਵੀਰੇ ਉਹ ਕੀਪਾ ਕਹਿੰਦੇ ਵੀ ਨੌਜਵਾਨ ਭਾਂਗਰ ਦੀ ਧਰਤੀ ਦਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਗਿਆ ਅੰਕ ਕਹਿੰਦੇ ਵੀ ਭਾਂਗਰ ਦੇ ਕੀਪੇ ਦੇ ਹਿੱਸੇ ਜੁੜ ਚੁੱਕੇ ਆ ਕਹਿੰਦੇ ਵੀ ਲੱਖਾਂ ਕੋਟ ਕੋਟੀਆਂ ਅੱਜ ਕਹਿੰਦੇ ਵੀ ਵੱਡੇ ਜੱਫੇ ਲਾ ਰਹੇ ਆ ਮੇਰੇ ਵੀਰੋ ਲੰਡਿਆਂ ਦਾ ਪੁੱਤ ਬਣ ਖੇਡਦਾ ਹੋ ਗਿਆ ਬੋੜੇ ਵਰਗੇ ਵਿੱਕੀ ਵਰਗੇ ਜੰਟਾ ਲੰਡਿਆਂ ਦੀ ਧਰਤੀ ਦਾ ਖੇਡ ਦੇ ਮੈਦਾਨ ਦੇ ਵਿੱਚ ਭਲੂਰ ਵਾਲੇ ਕੀਪੇ ਦੀ ਕਬੱਡੀ ਕਹਿੰਦੇ ਵੀ ਮੇਜਰ ਵਿਰਾਟ ਦਾ ਚਖੇਤਾ ਖਿਡਾਰੀ ਇਧਰਲੇ ਪਾਸੇ ਫੈਸਲਾ ਡਬਲ ਟੱਚ ਰੈਫਰੀ ਦਾ ਫੈਸਲਾ ਅਟਲ ਹੈ ਟੱਚ ਸ਼ੋਰ ਹੈ ਅੰਕ ਜਿਹੜਾ ਧਾਵੀ ਦੇ ਕਿੱਸੇ ਡਬਲ ਟੱਚ ਹੈ ਰੈਫਰੀ ਦਾ ਫੈਸਲਾ ਮੇਰੇ ਵੀਰੋ ਕਬੱਡੀ ਰਣਜੀਤ ਦੀ ਹੈ ਲੈ ਵੀ ਨਾਮ ਦੀ ਸਿਆ ਕਮੇਟੀ ਦੇ ਵੱਲੋਂ 500 ਦਿੱਤਾ ਜਾਣਾ ਜਿਹੜਾ ਵੀ ਪਲੇਅਰ ਲਗਾਤਾਰ 3 ਕਬੱਡੀਆਂ ਮੁੜੇਗਾ ਉਸ ਖਿਡਾਰੀ ਦੇ ਲਈ 500 ਰੁਪਏ ਦੇ ਵੱਡੇ ਮਾਣ ਹੋਣੇ ਹੈ ਲਓ ਰਣਜੀਤ ਮੇਰੇ ਵੀਰਿਓ ਕਿ ਪੱਟ ਉੱਤੇ ਮੋਰ ਪਾਈ ਡਾਲਿਆਂ ਤੇ ਕਾਲੀ ਡੋਰ ਕਿ ਕੰਧਿਆਂ ਦੇ ਉੱਤੇ ਵੇਖੋ ਖੰਡਾ ਖਦਵਾ ਲਿਆ ਪੱਟ ਉੱਤੇ ਮਾਰ ਥਾਪੀ ਇਧਰਲੇ ਪਾਸੇ ਰਣਜੀਤ ਕੌਡੀ ਪਾਉਣ ਆ ਗਿਆ ਹੈ ਅੰਕ ਮੇਰੇ ਵੀਰਿਓ ਆਪਣੀ ਟੀਮ ਦੇ ਲਈ ਲੰਡਿਆਂ ਦੀ ਟੀਮ ਦੇ ਲਈ ਜਿਹੜਾ ਜੋੜ ਦਿੱਤਾ ਹੈ ਕਬੱਡੀ ਕੀਪੇ ਦੀ ਹੈ ਪਲੂਰੀਆ ਕੀਪਾ ਮੇਰੇ ਵੀਰਿਓ ਕਿ ਪੱਟ ਉੱਤੇ ਮੋਰ ਪਾਈ ਡਾਲਿਆਂ ਤੇ ਕਾਲੀ ਡੋਰ ਖੰਧਿਆਂ ਦੇ ਉੱਤੇ ਦੇਖੋ ਖੰਡਾ ਖਣਵਾ ਲਿਆ ਵਿਚਕਾਰ ਦਿੱਤੇ ਢਾਲ ਸ਼ੇਰ ਦਿੱਤੇ ਨੇ ਦੋਹੀ ਪਾਸੀ 1,00,000 ਲਾ ਕੇ ਸ਼ੌਂਕ ਜੱਟ ਨੇ ਪਗਾ ਲਿਆ ਗੇਮ ਦਾ ਸ਼ਕੀਨ ਤੇ ਝਲਕ ਲੱਗੇ ਵਿਰਸੇ ਦੀ ਕਬੱਡੀ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਛਾ ਗਿਆ ਪੱਟ ਉੱਤੇ ਮਾਰ ਥਾਪੀ ਧਰਤੀ ਨੂੰ ਟੇਕ ਦਿੱਤਾ ਆਓ ਦੇਖ ਵੀ ਨੌਜਵਾਨ ਕੀਪਾ ਭਾਂਗਰ ਦੀ ਧਰਤੀ ਕਬੱਡੀ ਪਾਉਣ ਆ ਗਿਆ ਕੁਲਦੀਪ ਸਿੰਘ ਕੀਪਾ ਭਾਂਗਰ ਧਰਤੀ ਦਾ ਕਬੱਡੀ ਪਾਉਣ ਆ ਗਿਆ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਵੀ ਲਾਈਟਾਂ ਚੇਕ ਕਰ ਲੈ ਨੌਜਵਾਨਾਂ ਅਤੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਲਾਈਟਾਂ ਨਾਲ ਕੋਈ ਛੇੜ ਛਾੜ ਨਾ ਕਰੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਉੱਗੇ ਖੇਡ ਪ੍ਰਮੋਟਰ ਗੁਰਮੀਤ ਗਿੱਲ ਮੰਡਵਾਲਾ ਜੀ
ਸਾਰ ਪਿਆ ਸਪੈਸ਼ਲ ਇਨਾਮ ਕਾਕੇ ਮੱਦੂਕੇ ਵਾਲੇ ਨੂੰ ਦੇ ਰਹੇ ਨੇ ਰੂਟਰ ਵਾਲੇ ਨੂੰ ਹੈਲੋ 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 ਉਹ ਬਾਈ ਜਿਹੜਾ ਕੋਈ ਬਾਲਾ ਬਾਈ ਸਿਆਣਾ ਤਾਂ ਰੈਫਰੀ ਕਰ ਲਓ ਆ ਕੇ ਅੰਦਰ ਹੈਲੋ ਸਾਨੂੰ ਤੰਗ ਨਾ ਕਰੋ ਬਾਈ ਜੀ ਬੇਨਤੀ ਹੈ ਜਿਹੜੇ ਬਾਹਰ ਦਰਸ਼ਕੀਰ ਖੜੇ ਹੈ ਇਹ ਜਿਹੜਾ ਟੂਰਨਾਮੈਂਟ ਕਬੱਡੀ ਖੇਡ ਮੇਲਾ ਹੋ ਰਿਹਾ ਹੈ ਇਹ ਤੁਹਾਡੇ ਮਨੋਰੰਜਨ ਦੇ ਲਈ ਹੋ ਰਿਹਾ ਹੈ ਜੇ ਤੁਸੀਂ ਰੈਫਰੀ ਕਰਨ ਜਾਣਦੇ ਸੀ ਪਰ ਆਪ ਸਾਨੂੰ ਕਲੱਬ ਵਾਲਿਆਂ ਨੂੰ ਕਿਉਂ ਕਿਹਾ ਵੀ ਬਾਹਰੋਂ ਰੈਫਰੀ ਸੱਦੋ ਫਿਰ ਤੁਸੀਂ ਆਪ ਰੈਫਰੀ ਕਰ ਲੈਂਦੇ ਜਿਹੜਾ ਰੈਫਰੀ ਦਾ ਟੱਲ ਫੈਸਲਾ ਹੈ ਹੈਲੋ ਚੱਲਦੇ ਮੈਚ ਦੇ ਵਿੱਚ ਟੁੱਡੀ ਦੀ ਟੀਮ ਜਿਹੜੀ ਜੇਤੂ ਹੈ ਟੁੱਡੀ ਦੀ ਟੀਮ ਦੇ ਪੁਆਇੰਟ ਨੇ ਜੀ 12.5 10 ਪੁਆਇੰਟ ਨੇ ਲੰਡੇ ਇੱਕ ਵਾਰ ਖੁੱਲ ਕੇ ਤਾੜੀ ਮਾਰ ਦਿਓ ਦਰਸ਼ਕ ਦੇ ਮੈਚ ਦੇ ਵਿੱਚੋਂ ਟੁੱਡੀ ਦੀ ਟੀਮ ਜੇਤੂ ਹੈ ਜਲਦੀ ਦੇ ਨਾਲ ਵਾਲਾ ਵਰਸਰੀ ਵਿਰੋਧੀ ਜਿਹੜੀ ਹੈ ਉਹ ਜਲਦੀ ਆਵੇ ਸਾਊਂਡ ਵਾਲੇ ਨੂੰ ਬੇਨਤੀ ਆ ਵੀ ਜੀ ਸੈੱਟ ਕਰ ਕੀ ਗੱਲ ਹੈ ਲਾਈਟ ਵਾਲੇ ਵੀਰ ਨੂੰ ਬੇਨਤੀ ਆ ਦੇਖ ਯਾਰ ਲਾਈਟਾਂ ਬੰਦ ਹੋ ਗਈਆਂ ਇੱਕ ਪਾਸੇ ਦੀਆਂ ਹੈਲੋ ਹੈਲੋ ਲਾਈਟ ਵਾਲਾ ਜਲਦੀ ਆਓ ਵੀ ਟੀਮਾਂ ਬੇਨਤੀ ਆ ਜਿਹੜੀਆਂ ਟੀਮਾਂ ਅਨਾਊਂਸ ਕੀਤੀਆਂ ਬੋਲੀ ਵੀ ਕਿਹੜੀ ਕਿਹੜੀ ਮੈਚ ਹੈ ਕਿਹੜਾ ਕਿਹੜਾ ਹਾਂਜੀ ਹਾਂਜੀ ਜ਼ਰੂਰ ਨਾਲ ਦੀ ਵੀਰੇ ਬੇਨਤੀ ਹੈ ਸਾਡੀ ਜੰਡ ਵਾਲਾ ਤੇ ਤੂਤ 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 ਤੇ ਜੰਡ ਵਾਲਾ ਨਵਦੀਪ ਪਲੀਜ਼ ਇੱਕ ਮਿੰਟ ਵੀਰੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਦਰਸ਼ਕ ਵੀਰਾਂ ਨੂੰ ਕਿਉਂਕਿ ਧੰਨ ਧੰਨ ਬਾਬਾ ਕਾਹਨਬਾਦ ਦੀ ਯਾਦ ਵਿੱਚ ਕਬੱਡੀ ਕੱਪ ਹੋ ਰਿਹਾ ਹੈ ਆਪਣਾ ਫਰਜ਼ ਬੰਦਾ ਗਲਾਸ ਉੱਥੇ ਰੱਖ ਲਈ ਆਪਾਂ ਹੈਲੋ ਲਾਈਟ ਵਾਲੇ ਵੀਰ ਨੂੰ ਬੇਨਤੀ ਆ ਦੇਖ ਲਾਈਟਾਂ ਯਾਰ ਹੈਲੋ ਇਧਰਲੇ ਪਾਸੇ ਬਾਈ ਜੀ ਲਾਈਟਾਂ ਬੰਦ ਹੋ ਗਈਆਂ 4-5-6 ਲਾਈਟਾਂ ਜਿਹੜੀਆਂ ਬੰਦ ਹੈ ਚੈੱਕ ਕਰੋ ਹਾਂਜੀ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਜਿੱਧਰ ਜਨਰੇਟਰ ਚੱਲਦਾ ਬਾਈ ਜੀ ਉੱਧਰ ਜਾਣ ਦੀ ਕੋਈ ਕੋਸ਼ਿਸ਼ ਨਾ ਕਰੋ ਲਾਈਟ ਦਾ ਕੰਮ ਖਰਾਬ ਹੁੰਦਾ ਹੈਲੋ ਜਲਦੀ ਦੇ ਨਾਲ ਤੂਤਾਂ ਦੀ ਟੀਮ ਵਰਸੇ ਜੰਡ ਵਾਲਾ ਕਾਫੀ ਦੇਰ ਦੀ ਅਨਾਊਂਸਮੈਂਟ ਕਰ ਰਹੇ ਹਾਂ ਇਹ ਟੀਮਾਂ ਜੰਗ ਰਿਸਪੌਂਸ ਨਹੀਂ ਦੇ ਰਹੀਆਂ ਅਸੀਂ ਕੱਢ ਦੇਣੀ ਹੈ ਜਲਦੀ ਆਓ ਵੀ ਤੂਤ ਤੇ ਜੰਡ ਵਾਲਾ ਟੀਮਾਂ ਕਾਫੀ ਦੇਰ ਦੇ ਸੱਦੇ ਦੇ ਰਹੇ ਹਾਂ ਤੂਤ ਵਰਸੇ ਜੰਡ ਵਾਲੇ ਨੂੰ ਜੇ ਟੀਮਾਂ ਨੇ ਨਹੀਂ ਮੈਚ ਖੇਡਣਾ ਤਾਂ ਟੀਮਾਂ ਕੱਢ ਦਾਂਗੇ ਦੋਹਾਂ ਟੀਮਾਂ ਨੂੰ 2 ਮਿੰਟ ਦਾ ਟਾਈਮ ਦੇ ਦਿਓ ਜੀ ਸਿਰਫ 2 ਮਿੰਟ ਦਾ ਟਾਈਮ ਆ ਸਾਡੇ ਪ੍ਰਬੰਧਕੀਆਂ ਦੇ ਵੱਲੋਂ ਬੇਨਤੀ ਹੈ ਨਹੀਂ ਟੀਮਾਂ ਕੱਟੀਆਂ ਜਾਣਗੀਆਂ ਤੂਤ ਵਰਸੇ ਜੰਡ ਵਾਲੇ ਦੀਆਂ ਟੀਮਾਂ ਜਲਦੀ ਆ ਜਾਣ ਜਿਹੜੇ ਵੀਰ ਜਨਰੇਟਰ ਵਾਲੀ ਸਾਈਡ ਜਾ ਰਹੇ ਆ ਉਹਨਾਂ ਨੂੰ ਬੇਨਤੀ ਉਧਰਲੀ ਸਾਈਡ ਤੇ ਆ ਜਾਓ ਮੇਰੇ ਵੀਰ ਬਾਅਦ ਦੇ ਵਿੱਚ ਨਾ ਕਿ ਸਾਡੀ ਬੇਨਤੀ ਕਰਦੀ ਸੋ ਬੇਨਤੀ ਹੈ ਜਨਰੇਟਰ ਵਾਲੀ ਸਾਈਡ ਨਾ ਜਾਓ ਹੈਲੋ ਤੂਤਾਂ ਦੀ ਟੀਮ ਵਰਸੇ ਵਿਰੋਧੀ ਟੀਮ ਜੰਡ ਵਾਲਾ ਜਲਦੀ ਆਵੇ ਨਵਦੀਪ ਇੱਕ ਮਿੰਟ ਬਾਈ ਜੀ ਜਿਹੜੇ ਵੀਰ ਚਾਹ ਪਾਣੀ ਪੀਂਦੇ ਆ ਮੇਰੇ ਵੀਰ ਝੂਠੇ ਬਰਤਨ ਮੇਰੇ ਵੀਰ ਲੰਗਰ ਦੇ ਵਿੱਚ ਬਾਈ ਪਹੁੰਚਾ ਦਿਓ ਮੇਰੇ ਵੀਰ ਇਹ ਆਪਣਾ ਫਰਜ਼ ਬਣਦਾ ਬਾਈ ਜੰਡ ਵਾਲਾ ਵਰਸਜ ਤੂਤ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਜੰਡ ਵਾਲਾ ਵਰਸਜ ਤੂਤ ਇਸ ਟੂਰਨਾਮੈਂਟ ਦੇ ਵਿੱਚ ਹੈਲੋ ਹੈਲੋ ਬਾਈ ਜੀ ਜਿਹੜੀਆਂ ਲਾਈਟਾਂ ਵਾਲੀਆਂ ਪਾਈਪਾਂ ਉਹਨੂੰ ਕੋਈ ਹੱਥ ਨਾ ਪਾਓ ਲਾਈਟਾਂ ਬੰਦ ਹੋ ਜਾਂਦੀਆਂ ਆਓ ਜੀ ਬਾਈ ਜੀ ਜੰਡ ਵਾਲਾ ਵਰਸਜ ਤੂਤ ਉਧਰ ਬਾਈ ਨੀਲਾ ਮੰਡ ਨਾਲ ਸਾਡਾ ਵੀਰ ਬਾਈ ਬਸੰਤ ਬਾਈ ਬਿੰਦੇ ਵਰਗੇ ਸਰਬੀਰ ਸਿੰਘ ਜੀ ਗਿਆਨੀ ਜੰਡ ਵਾਲਾ ਬਾਈ ਅਮਰਜੀਤ ਸਿੰਘ ਜੀ ਗਿਆਨੀ ਸਾਰੇ ਵੀਰ ਕਬੱਡੀ ਨੂੰ ਦੇਖ ਰਹੇ ਆ ਆਓ ਜੀ ਤੂਤ ਹੈਲੋ ਜੀ ਇਸ ਟੂਰਨਾਮੈਂਟ ਦੇ ਵਿੱਚ ਜਿਹੜੀ ਟੈਂਟ ਦੀ ਸੇਵਾ ਕੀਤੀ ਜਾ ਰਹੀ ਹੈ ਦਿਓਲ ਟੈਂਟ ਹਾਊਸ ਚੰਦਬਾਜਾ ਤੇ ਨਾਲ ਦੀ ਨਾਲ ਹੀ ਇਸ ਟੂਰਨਾਮੈਂਟ ਨੂੰ ਆਪਣੇ ਕੈਮਰੇ ਦੀ ਅੱਖ 'ਚ ਕੈਦ ਕਰ ਰਹੇ ਨੇ ਜੈਪਾਲ ਡਿਜੀਟਲ ਸਟੂਡੀਓ ਚੰਦਬਾਜਾ